ਆਯੁਰਵੈਦਿਕ ਭੰਡਾਰ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ। ਹੈਲਥ ਨਾਲ ਜੁੜੀ ਨਵੀਂ ਵੀਡੀਓ ਦੇਖਣ ਲਈ ਆਪਣੇ ਇਸ ਚੈਨਲ ਨੂੰ ਅੱਜ ਹੀ ਫ੍ਰੀ ਦੇ ਵਿੱਚ ਸਬਸਕ੍ਰਾਈਬ ਕਰਿਓ ਅਤੇ ਨਾਲ ਬੈਲ ਆਈਕਨ ਬਟਨ ਨੂੰ ਜ਼ਰੂਰ ਦਬਾਇਓ। ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਹੈਲਥ ਭੰਡਾਰ ਦੇ ਇੱਕ ਇੰਪੋਰਟੈਂਟ ਅਤੇ ਖਾਸ ਸੁਝਾਅ ਦੇ ਵਿੱਚ। ਦੋਸਤੋ, ਜੇ ਤੁਸੀਂ ਕੱਚੇ ਪਿਆਜ਼ ਦਾ ਸੇਵਨ ਕਰਦੇ ਹੋ ਜਾਂ ਤੁਸੀਂ ਇਸ ਦੇ ਸਲਾਦ ਨੂੰ ਬਣਾ ਕੇ ਖਾਂਦੇ ਹੋ ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਅਤੇ ਜੇ ਲਗਾਤਾਰ ਇਸਦਾ ਸੇਵਨ ਕਰਦੇ ਹਾਂ ਤਾਂ ਇਸ ਤੋਂ ਸਾਡੇ ਸਰੀਰ ਦੇ ਵਿੱਚ ਕੀ ਪ੍ਰਭਾਵ ਪੈਂਦਾ ਹੈ? ਤਾਂ ਚਲੀਏ ਦੋਸਤੋ, ਜਾਣ ਲੈਂਦੇ ਹਾਂ ਕੱਚੇ ਪਿਆਜ਼ ਨੂੰ ਖਾਣ ਦੇ ਅਸਰ ਅਤੇ ਪ੍ਰਭਾਵ ਦੇ ਬਾਰੇ। ਅਤੇ ਦੋਸਤੋ, ਜਿਹੜੇ ਨਵੇਂ ਫਰੈਂਡਸ ਅਤੇ ਵਿਊਅਰ ਆਪਣੇ ਇਸ ਚੈਨਲ ਦੇ ਵਿੱਚ ਹਰ ਰੋਜ਼ ਹੈਲਥ ਨਾਲ ਜੁੜੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹਨ, ਇਸ ਚੈਨਲ ਨੂੰ ਹੁਣੀ ਸਬਸਕ੍ਰਾਈਬ ਕਰਿਓ ਅਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾਇਓ। ਦੋਸਤੋ, ਕੱਚੇ ਪਿਆਜ਼ ਨੂੰ ਖਾਣਾ ਖਾਣ ਦੇ ਨਾਲ ਜੇ ਅਸੀਂ ਸੇਵਨ ਕਰਦੇ ਹਾਂ ਤਾਂ ਇਹ ਸਿਹਤ ਲਈ ਬਹੁਤ ਹੀ ਸਵਾਸਥ ਮੰਨਿਆ ਗਿਆ ਹੈ। ਇਸ ਦੇ ਵਿੱਚ ਮੌਜੂਦ ਰੇਸੇ ਪੇਟ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੇ ਗਏ ਹਨ। ਦੋਸਤੋ, ਪਿਆਜ਼ ਇੱਕ ਇਹੋ ਜਿਹਾ ਔਸ਼ਧੀ ਹੈ ਜਿਹੜੀ ਹਰ ਘਰ ਦੇ ਵਿੱਚ ਪਾਈ ਜਾਂਦੀ ਹੈ। ਹਾਂਜੀ ਹਾਂ ਦੋਸਤੋ, ਇਸ ਨੂੰ ਸਰ੍ਹੋਂ ਦੇ ਤੇਲ ਦੇ ਵਿੱਚ ਮਿਲਾ ਕੇ ਜੋੜਾਂ 'ਤੇ ਆਰਾਮ ਮਿਲਦਾ ਹੈ। ਦੋਸਤੋ, ਕਈ ਵਾਰ ਸਰੀਰ ਦੇ ਵਿੱਚ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਤੁਸੀਂ ਕੱਚੇ ਪਿਆਜ਼ ਨੂੰ ਜ਼ਰੂਰਤ ਦੇ ਹਿਸਾਬ ਨਾਲ ਇਸਦਾ ਸੇਵਨ ਕਰ ਸਕਦੇ ਹੋ। ਬਲੱਡ ਪ੍ਰੈਸ਼ਰ ਨੂੰ ਰੱਖਦਾ ਹੈ ਕੰਟਰੋਲ। ਜੀ ਹਾਂ ਦੋਸਤੋ, ਕੱਚਾ ਪਿਆਜ਼ ਬਲੱਡ ਪ੍ਰੈਸ਼ਰ ਨੂੰ ਦੋਸਤੋ ਕੰਟਰੋਲ ਦੇ ਵਿੱਚ ਰੱਖਦਾ ਹੈ। ਇਸ ਦੇ ਵਿੱਚ ਦੋਸਤੋ ਮਿਥਾਇਲ ਸਲਫਾਈਡ ਅਤੇ ਅਮੀਨੋ ਐਸਿਡ ਹੁੰਦਾ ਹੈ, ਇਸ ਲਈ ਕੋਲੈਸਟ੍ਰੋਲ ਨੂੰ ਵੀ ਦੋਸਤੋ ਕੰਟਰੋਲ ਦੇ ਵਿੱਚ ਰੱਖਦਾ ਹੈ ਅਤੇ ਹਾਰਟ ਦੀਆਂ ਪ੍ਰੋਬਲਮ ਤੋਂ ਵੀ ਸਾਨੂੰ ਬਚਾਉਂਦਾ ਹੈ। ਐਨੀਮੀਆ ਜਾਣ ਕੇ ਖੂਨ ਦੀ ਪ੍ਰੋਬਲਮ ਨੂੰ ਕਰੇ ਦੂਰ। ਜੀ ਹਾਂ ਦੋਸਤੋ, ਐਨੀਮੀਆ ਦੀ ਪ੍ਰੋਬਲਮ ਹੋਣ ਦੇ ਨਾਲ ਸਰੀਰ ਕਮਜ਼ੋਰ ਹੋਣ ਲੱਗ ਪੈਂਦਾ ਹੈ, ਇਸ ਲਈ ਦੋਸਤੋ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਰੋਜ਼ ਇਸਦੇ ਸਲਾਦ ਨੂੰ ਖਾ ਸਕਦੇ ਹੋ, ਕਿਉਂਕਿ ਇਸ ਤੋਂ ਸਰੀਰ ਦੇ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਹੈ ਅਤੇ ਸਰੀਰ ਸਵਸਥ ਰਹਿੰਦਾ ਹੈ। ਦੋਸਤੋ ਜੀ ਹਾਂ, ਉਸ ਤੋਂ ਕਈ ਲੋਕਾਂ ਨੂੰ ਪਿਆਜ਼ ਦੇ ਛਿਲਕੇ ਉਤਾਰ ਕੇ ਕੱਚੇ ਹੀ ਖਾਣ ਦੀ ਆਦਤ ਹੁੰਦੀ ਹੈ ਜਾਂ ਇਸ ਦੇ ਸਲਾਦ ਨੂੰ ਖਾਣਾ ਖਾਣ ਦੇ ਨਾਲ ਪਸੰਦ ਕਰਦੇ ਹਨ। ਦੋਸਤੋ, ਰੋਜ਼ਮਰ੍ਹਾ ਦੀ ਲਾਈਫ ਦੇ ਵਿੱਚ ਕਈ ਕਾਰਨਾਂ ਦੇ ਨਾਲ ਹਾਰਟ ਅਟੈਕ ਦੀ ਬਿਮਾਰੀ ਵੱਧਦੀ ਜਾ ਰਹੀ ਹੈ। ਕੱਚੇ ਪਿਆਜ਼ ਖਾਣਾ ਦੋਸਤੋ ਸਰੀਰ ਦੇ ਵਿੱਚ ਹਾਰਟ ਅਟੈਕ ਵਰਗੀ ਬਿਮਾਰੀ ਦੂਰ ਹੀ ਰਹਿੰਦੀ ਹੈ। ਜੀ ਹਾਂ ਦੋਸਤੋ, ਕੱਚੇ ਪਿਆਜ਼ ਤੋਂ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਵਿੱਚ ਇਸਤੇਮਾਲ ਕਰਦੇ ਹਨ। ਇਸ ਦਾ ਅਗਲਾ ਫਾਇਦਾ ਇਹ ਹੈ ਦੋਸਤੋ ਕਿ ਕਈ ਵਾਰ ਕਈ ਕਾਰਨਾਂ ਦੇ ਨਾਲ ਨੱਕ ਤੋਂ ਖੂਨ ਵਹਿਣ ਦੀ ਪ੍ਰੋਬਲਮ ਹੋ ਜਾਂਦੀ ਹੈ। ਇਹ ਜ਼ਿਆਦਾਤਰ ਦੋਸਤੋ ਗਰਮੀਆਂ ਦੇ ਮੌਸਮ ਦੇ ਵਿੱਚ ਗਰਮ ਚੀਜ਼ਾਂ ਦਾ ਸੇਵਨ ਕਰਨ ਦੇ ਨਾਲ ਜਾਂ ਹੋਰ ਕਈ ਕਾਰਨਾਂ ਦੇ ਨਾਲ ਹੋ ਜਾਂਦਾ ਹੈ। ਤਾਂ ਦੋਸਤੋ, ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਕੱਚੇ ਪਿਆਜ਼ ਨੂੰ ਛਿਲਕੇ ਇਸ ਨੂੰ ਨੱਕ ਤੋਂ ਸੁੰਘ ਲੈਣਾ ਹੈ ਦੋਸਤੋ, ਭੋਜਨ ਨੂੰ ਪਚਾਉਂਦਾ ਹੈ। ਜੀ ਹਾਂ ਦੋਸਤੋ, ਜੇ ਤੁਸੀਂ ਰੋਜ਼ ਪਿਆਜ਼ ਦੇ ਅੱਧੇ ਟੁਕੜੇ ਨੂੰ ਭੋਜਨ ਦੇ ਵਿੱਚ ਦੋਸਤੋ ਖਾਣਾ ਖਾਣ ਦੇ ਨਾਲ ਖਾਂਦੇ ਹੋ ਤਾਂ ਇਹ ਸਾਡੇ ਪੇਟ ਦੇ ਵਿੱਚ ਖਾਣੇ ਨੂੰ ਚੰਗੀ ਤਰ੍ਹਾਂ ਨਾਲ ਪਚਾਉਂਦਾ ਹੈ। ਇਸ ਦਾ ਅਗਲਾ ਫਾਇਦਾ ਇਹ ਹੈ ਦੋਸਤੋ ਕਿ ਕਈ ਵਾਰ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਛੋਟੀ ਵੱਡੀ ਸਮੱਸਿਆ ਹੋ ਜਾਂਦੀ ਹੈ ਜਿਵੇਂ ਕਿ ਸਵਾਈਨ ਫਲੂ, ਖਾਂਸੀ, ਅਸਥਮਾ। ਕੱਚੇ ਪਿਆਜ਼ ਦਾ ਇਸਤੇਮਾਲ ਦੋਸਤੋ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਲਈ ਸਹਾਇਕ ਮੰਨਿਆ ਜਾਂਦਾ ਹੈ। ਇਸ ਦਾ ਫਾਇਦਾ ਇਹ ਹੈ ਦੋਸਤੋ ਕਿ ਜੇ ਸਰੀਰ ਦੇ ਵਿੱਚ ਕਫ ਜ਼ੁਕਾਮ ਹੋ ਜਾਵੇ ਤਾਂ ਤੁਸੀਂ ਪਿਆਜ਼ ਨੂੰ ਛਿਲਕੇ ਇਸ ਦੇ ਰਸ ਨੂੰ ਪੀ ਸਕਦੇ ਹੋ। ਜੀ ਹਾਂ, ਤਾਂ ਇਹ ਤੁਹਾਡੇ ਲਈ ਫਾਇਦੇਮੰਦ ਰਹੇਗਾ। ਦੋਸਤੋ, ਜੇ ਤੁਹਾਨੂੰ ਕੱਚੇ ਪਿਆਜ਼ ਨੂੰ ਜ਼ਰੂਰਤ ਦੇ ਤੌਰ 'ਤੇ ਖਾਣ ਦੀ ਆਦਤ ਹੈ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਦੋਸਤੋ, ਕਿਉਂਕਿ ਇਸ ਤੋਂ ਕੈਂਸਰ ਵਰਗੀ ਬਿਮਾਰੀਆਂ ਸਰੀਰ ਤੋਂ ਦੂਰ ਹੀ ਰਹਿੰਦੀਆਂ ਹਨ। ਬਾਲਾਂ ਦੀ ਝੜਨ ਦੀ ਸਮੱਸਿਆ ਹੁੰਦੀ ਹੈ ਦੂਰ। ਜੀ ਹਾਂ ਦੋਸਤੋ, ਕਈ ਵਾਰ ਕਈ ਕਾਰਨਾਂ ਦੇ ਨਾਲ ਬਾਲਾਂ ਦੀ ਝੜਨ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ। ਜੇ ਤੁਸੀਂ ਕੱਚੇ ਪਿਆਜ਼ ਦੇ ਰਸ ਨੂੰ ਹਫ਼ਤੇ 'ਚੋਂ 2 ਵਾਰ ਬਾਲਾਂ 'ਤੇ ਲਾਉਂਦੇ ਹੋ ਤਾਂ ਇਸ ਤੋਂ ਦੋਸਤੋ ਬਾਲਾਂ ਦੀ ਝੜਨ ਦੀ ਪ੍ਰੋਬਲਮ ਬੰਦ ਹੋ ਜਾਂਦੀ ਹੈ ਅਤੇ ਦੋਸਤੋ ਨਵੇਂ ਬਾਲ ਆਉਣ ਲੱਗ ਪੈਂਦੇ ਹਨ। ਤੋਂ ਕਈ ਵਾਰ ਕੀ ਹੁੰਦਾ ਹੈ ਕਿ ਮੂੰਹ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਸ਼ੈਲੇ ਬੈਕਟੀਰੀਆ ਪੈਦਾ ਹੋ ਜਾਂਦੀਆਂ। ਦੋਸਤੋ, ਕੱਚੇ ਪਿਆਜ਼ ਨੂੰ ਖਾਣ ਦੇ ਨਾਲ ਹੀ ਬੈਕਟੀਰੀਆ ਦੂਰ ਹੋ ਜਾਂਦੇ ਹਨ। ਦੋਸਤੋ, ਜੇ ਤੁਸੀਂ ਇਸ ਨੂੰ ਜ਼ਰੂਰਤ ਦੇ ਹਿਸਾਬ ਨਾਲ ਲਿਮਿਟ ਮਾਤਰਾ 'ਤੇ ਸੇਵਨ ਕਰਦੇ ਹੋ ਤਾਂ ਇਹ ਸਰੀਰ ਦੇ ਲਈ ਬੈਨੀਫਿਸ਼ੀਅਲ ਮੰਨਿਆ ਗਿਆ ਹੈ। ਦੋਸਤੋ, ਤਾਂ ਇਸ ਦੇ ਅਸਰਦਾਰ ਫਾਇਦੇ ਅਤੇ ਗੁਣਾਂ ਦੇ ਬਾਰੇ ਤੁਸੀਂ ਜਾਣ ਹੀ ਗਏ ਹੋਗੇ ਦੋਸਤੋ। ਅਤੇ ਅੰਤ ਦੇ ਵੀ ਦੋਸਤੋ ਇੱਕ ਇੰਪੋਰਟੈਂਟ ਗੱਲ ਇਹ ਕਿ ਜੇ ਤੁਸੀਂ ਹਰ ਰੋਜ਼ ਹੈਲਥ ਨਾਲ ਜੁੜੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਇਸ ਚੈਨਲ ਨੂੰ ਹੁਣੀ ਸਬਸਕ੍ਰਾਈਬ ਕਰਿਓ ਅਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾਇਓ। ਤਾਂ ਮਿਲਦੀ ਹੈ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਨਾਲ।